ਹੈਲੋ ਦੋਸਤੋ, ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਵਾਤਾਵਰਣ ਦੇ ਯਾਨੀ ਕਿ EVS ਦੇ ਕੁਝ ਕੁਐਸਚਨ ਆਨਸਰ ਪਾਰਟ 17 ਦੇ ਵਿੱਚ ਡਿਸਕਸ ਕਰਾਂਗੇ। ਇਦੋਂ ਪਹਿਲਾਂ ਵੀ 16 ਪਾਰਟ ਦੇਖਣ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਘੰਟੇ ਵਾਲਾ ਬਟਨ ਜ਼ਰੂਰ ਦੱਬ ਲਿਓ ਤਾਂ ਕਿ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਤਾਂ ਦੋਸਤੋ, ਸ਼ੁਰੂ ਕਰਦੇ ਸਭ ਤੋਂ ਪਹਿਲਾ ਕੁਐਸਚਨ। GIS ਨੂੰ ਖੋਲ੍ਹ ਕੇ ਲਿਖੋ ਵੀ ਯਾਨੀ ਕਿ GIS ਦੀ ਫੁੱਲ ਫੋਰਮ ਕੀ ਹੁੰਦੀ ਹੈ। ਇਹਦਾ ਰਾਈਟ ਆਨਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਜੀਓਗ੍ਰਾਫੀਕਲ ਇਨਫੋਰਮੇਸ਼ਨ ਸਿਸਟਮ। ਇਹ ਕੀ ਹੁੰਦਾ? ਇੱਕ ਭੂਗੋਲਿਕ ਜਾਣਕਾਰੀ ਪ੍ਰਣਾਲੀ ਆ, ਇੱਕ ਅਜਿਹੀ ਪ੍ਰਣਾਲੀ ਜੋ ਸਥਾਨਕ ਜਾਂ ਭੂਗੋਲਿਕ ਡਾਟਾ ਨੂੰ ਸਟੋਰ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰਬੰਧ ਕਰਨ ਲਈ ਤਿਆਰ ਕੀਤੀ ਗਈ ਹੈ। ਜਿਵੇਂ ਕਿ ਨਕਸ਼ਿਆਂ ਵਗੈਰਾ 'ਚ ਡਾਟਾ ਜੋੜਨ ਲਈ, ਉਹਦੇ ਵਿੱਚ ਐਡ ਜਾਂ ਰਿਮੂਵ ਕਰਨ ਦੇ ਲਈ ਇਹ ਸਿਸਟਮ ਕੰਮ ਕਰਦਾ, ਜੀਓਗ੍ਰਾਫੀਕਲ ਇਨਫੋਰਮੇਸ਼ਨ ਸਿਸਟਮ। ਅਗਲਾ ਕੁਐਸਚਨ ਆਇਆ ਦੋਸਤੋ, ਠੋਸ ਬਰਫ਼ ਦੀ ਇੱਕ ਹੌਲੀ ਚੱਲਦੀ ਨਦੀ ਨੂੰ ਕੀ ਕਿਹਾ ਜਾਂਦਾ ਹੈ? ਵੀ ਜਿਹੜੀ ਬਰਫ਼ ਦੀ ਇੱਕ ਨਦੀ ਹੁੰਦੀ ਹੈ ਜਿਵੇਂ, ਉਹਨੂੰ ਕੀ ਕਿਹਾ ਜਾਂਦਾ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਬੀ, ਯਾਨੀ ਕਿ ਗਲੇਸ਼ੀਅਰ। ਗਲੇਸ਼ੀਅਰ ਕਿਹਾ ਜਾਂਦਾ ਇੱਕ ਹੌਲੀ ਚੱਲਦੀ ਨਦੀ ਨੂੰ। ਅਗਲਾ ਕੁਐਸਚਨ ਆਇਆ ਦੋਸਤੋ, ਪ੍ਰਾਚੀਨ ਜੰਗਲਾਂ ਤੋਂ ਬਣੀਆਂ ਕੁਦਰਤੀ ਗੈਸਾਂ ਨੂੰ ਕੀ ਕਿਹਾ ਜਾਂਦਾ ਹੈ? ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਜੈਵਿਕ ਬਾਲਣ। ਜੈਵਿਕ ਦਾ ਮਤਲਬ ਫੋਸਲ ਫਿਊਲ। ਫੋਸਲ ਫਿਊਲ ਕੀ ਹੁੰਦਾ? ਦੱਬੇ ਹੋਏ ਪੁਰਾਣੇ ਪੌਦਿਆਂ ਜਾਂ ਜਾਨਵਰਾਂ ਤੋਂ ਬਣਿਆ ਹੋਇਆ ਫਿਊਲ। ਤਾਂ ਜਿਹੜੀ ਕੁਦਰਤੀ ਗੈਸ ਆ, ਕੁਦਰਤੀ ਗੈਸ ਨੂੰ ਆਪਾਂ ਫੋਸਲ ਗੈਸ ਵੀ ਕਿਹਾ ਜਾਂਦਾ, ਜੈਵਿਕ ਗੈਸ। ਇੱਕ ਕੁਦਰਤੀ ਤੌਰ 'ਤੇ ਪਾਈ ਜਾਣ ਵਾਲੇ ਹਾਈਡਰੋਕਾਰਬਨ ਗੈਸ ਮਿਸ਼ਰਣ ਹੈ। ਹਾਈਡਰੋਕਾਰਬਨ ਦਾ ਮਿਸ਼ਰਣ ਹੁੰਦਾ ਜਿਸ ਦੇ ਵਿੱਚ ਮੁੱਖ ਤੌਰ 'ਤੇ ਮਥੇਨ ਹੁੰਦਾ ਹੈ। ਤਾਂ ਇਹਦਾ ਰਾਈਟ ਆਂਸਰ ਹੈਗਾ ਆਪਸ਼ਨ ਨੰਬਰ ਏ। ਅਗਲਾ ਕੁਐਸਚਨ ਆਇਆ ਦੋਸਤੋ, GM ਫੂਡ ਦਾ ਕੀ ਮਤਲਬ ਹੈ? GM, ਵਟ ਇਜ਼ ਮੀਟ ਬਾਈ GM ਫੂਡ? GM ਫੂਡ ਦਾ ਕੀ ਮਤਲਬ ਹੈ? ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਬੀ, ਯਾਨੀ ਕਿ ਜੈਨੈਟਿਕਲੀ ਮੋਡੀਫਾਈਡ ਫੂਡ। ਇਹਦਾ ਮਤਲਬ ਹੁੰਦਾ ਵੀ ਜੈਨੈਟਿਕ ਤੌਰ 'ਤੇ, ਵੀ ਉਹਦੇ ਗੁਣ ਚੇਂਜ ਕਰਨਾ, ਜੈਨੈਟਿਕ ਤੌਰ 'ਤੇ ਕਹਿੰਦਾ ਸੋਧੇ ਹੋਏ ਖਾਣੇ, ਜਾਂ ਇਹਨੂੰ ਆਪਾਂ ਜੈਨੈਟਿਕਲੀ ਇੰਜੀਨੀਅਰਡ ਫੂਡ ਵੀ ਕਹਿ ਦਿੰਦੇ ਹਾਂ। GM ਦਾ ਮਤਲਬ ਹੁੰਦਾ ਜੈਨੈਟਿਕਲੀ ਮੋਡੀਫਾਈਡ ਫੂਡ। ਅਗਲਾ ਕੁਐਸਚਨ ਆ ਜਾਂਦਾ ਦੋਸਤੋ, ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਸਾਡੇ ਵਾਤਾਵਰਨ ਵਿੱਚ ਬਹੁਤ ਜ਼ਿਆਦਾ ਸੰਘਣੇਪਣ 'ਤੇ ਮੌਜੂਦ ਹੈ, ਵੀ ਜਿਹਦੀ ਮਾਤਰਾ ਜ਼ਿਆਦਾ ਹੁੰਦੀ ਹੈ? ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਡੀ, ਯਾਨੀ ਕਿ ਨਾਈਟ੍ਰੋਜਨ, N2। ਇਹਦੀ ਨਾਈਟ੍ਰੋਜਨ ਦੀ ਜਿਹੜੀ ਮਾਤਰਾ ਇਨਵਾਇਰਨਮੈਂਟ ਦੇ ਵਿੱਚ ਉਹ 78%, 78% ਹੁੰਦੀ ਹੈ। ਆਕਸੀਜਨ ਦੀ 21% ਅਤੇ ਕਾਰਬਨ ਡਾਈਆਕਸਾਈਡ ਦੀ 0.04%, ਅਤੇ H2 ਹਾਈਡਰੋਜਨ ਦੀ ਯਾਨੀ ਕਿ ਬਹੁਤ ਜ਼ਿਆਦਾ ਥੋੜ੍ਹੀ ਹੁੰਦੀ ਹੈ, 0.000 ਸਮਥਿੰਗ, ਕੁਛ ਇੱਦਾਂ ਆ ਜਾਂਦੀ ਹੈ। ਅਗਲਾ ਕੁਐਸਚਨ ਹੈ ਦੋਸਤੋ, ਜੰਗਲੀ ਜੀਵਨ ਦੀ ਗਿਣਤੀ ਘਟਣ ਦਾ ਵੱਡਾ ਕਾਰਨ ਕੀ ਹੈ? ਵੀ ਵੱਡਾ ਕਾਰਨ ਕੀ ਹੈ ਜੰਗਲੀ ਜੀਵਨ ਦੀ ਗਿਣਤੀ ਘਟਣ ਦਾ? ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਸੀ, ਯਾਨੀ ਕਿ ਨਿਵਾਸ ਦੀ ਤਬਾਹੀ, ਜਿਹਨੂੰ ਹੈਬੀਟੇਟ ਡਿਸਟਰਕਸ਼ਨ, ਹੈਬੀਟੇਟ ਡਿਸਟਰਕਸ਼ਨ ਬੋਲ ਦਿੰਦੇ ਹਾਂ। ਤਾਂ ਜਿਹੜਾ ਇਹਦਾ ਇੱਚ ਇੱਕ ਕੈਨੀਬਲ ਲਿਖਿਆ, ਕੈਨੀਬਲ ਮਤਲਬ ਇੱਕ ਜੀਵ ਪ੍ਰਣਾਲੀ ਦਾ ਦੂਸਰੀ ਜੀਵ ਪ੍ਰਣਾਲੀ ਨੂੰ ਖਾਣਾ, ਇਹਦਾ ਮਤਲਬ ਇਹ ਆ ਜਾਂਦਾ। ਅਤੇ ਬਾਕੀ ਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਸੀ, ਯਾਨੀ ਕਿ ਨਿਵਾਸ ਦੀ ਤਬਾਹੀ, ਜਿਹਨੂੰ ਹੈਬੀਟੇਟ ਡਿਸਟਰਕਸ਼ਨ ਕਹਿ ਦਿੰਦੇ ਹਾਂ। ਅਗਲਾ ਕੁਐਸਚਨ ਆਉਂਦਾ ਦੋਸਤੋ, ਜਵਾਲਾਮੁਖੀ ਵਿੱਚੋਂ ਨਿਕਲਣ ਵਾਲੀ ਗੈਸ ਕਿਹੜੀ ਹੈ? ਮੁੱਖ ਗੈਸ ਕਿਹੜੀ ਹੁੰਦੀ ਆ ਜਵਾਲਾਮੁਖੀ 'ਚੋਂ ਨਿਕਲਣ ਵਾਲੀ? ਵੋਲਕਾਨੋ, ਜਵਾਲਾਮੁਖੀ ਯਾਨੀ ਕਿ ਵੋਲਕਾਨੋ 'ਚੋਂ। ਤਾਂ ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਸੀ, ਯਾਨੀ ਕਿ ਪਾਣੀ ਦੀ ਭਾਫ਼। ਸਾਰਿਆਂ ਨਾਲੋਂ ਜ਼ਿਆਦਾ ਪਾਣੀ ਦੀ ਭਾਫ਼ ਨਿਕਲਦੀ ਹੈ ਜਵਾਲਾਮੁਖੀ ਵਿੱਚੋਂ। ਅਗਲਾ ਕੁਐਸਚਨ ਆਉਂਦਾ ਦੋਸਤੋ, ਜਿਸ ਨਦੀ ਦੀ BOD ਜ਼ਿਆਦਾ ਹੋਵੇ ਉਸਨੂੰ ਕੀ ਕਿਹਾ ਜਾਂਦਾ? ਸਭ ਤੋਂ ਪਹਿਲਾਂ BOD ਕੀ ਹੁੰਦੀ ਆ? ਬਾਇਓਕੈਮੀਕਲ ਆਕਸੀਜਨ ਡਿਮਾਂਡ। ਇਹ ਜੇ ਜ਼ਿਆਦਾ ਹੋਵੇ ਇਸਦੀ ਵੈਲਿਊ ਤਾਂ ਉਸਨੂੰ ਕੀ ਕਿਹਾ ਜਾਂਦਾ? ਤਾਂ ਇਹਦਾ ਮਤਲਬ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਬਹੁਤ ਪ੍ਰਦੂਸ਼ਿਤ, ਜਿਹਨੂੰ ਕਹਿੰਦੇ ਹਾਈਲੀ ਪੋਲੂਟਡ। ਤਾਂ ਜਿਹੜੀ BOD, ਇਹ ਜਿਹੜੀ ਟਰਮ ਆ, ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਵਿੱਚ BOD ਚੈੱਕ ਹੁੰਦੀ ਹੈ, BOD ਵੈਲਿਊ, ਇਹ ਟਰਮ ਉੱਥੇ ਜ਼ਿਆਦਾ ਯੂਜ ਹੁੰਦੀ ਹੈ। ਅਗਲਾ ਕੁਐਸਚਨ ਆਉਂਦਾ ਦੋਸਤੋ, ਅੰਦਰੂਨੀ ਪ੍ਰਦੂਸ਼ਿਤ ਰੇਡਨ, ਜੋ ਕਿ ਇੱਕ ਰੇਡੀਓ ਐਕਟਿਵ ਗੈਸ ਹੈ, ਉਸ ਨਾਲ ਕੀ ਸਮੱਸਿਆ ਹੋ ਜਾਂਦੀ ਹੈ? ਇਹਦਾ ਰਾਈਟ ਆਂਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਫੇਫੜਿਆਂ ਦਾ ਕੈਂਸਰ। ਇਹ ਜਿਹੜਾ ਰੇਡਨ ਕੀ ਹੁੰਦਾ? ਰੇਡਨ ਇੱਕ ਰਸਾਇਣਕ ਤੱਤ ਆ, ਜੋ ਕਿ ਇੱਕ ਰੇਡੀਓ ਐਕਟਿਵ, ਰੰਗਹੀਣ, ਗੰਧਹੀਣ, ਸਵਾਦਹੀਣ ਇੱਕ ਨੋਵਲ ਗੈਸ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਤਾਂ ਦੋਸਤੋ ਅੱਜ ਲਈ ਇੰਨਾ ਹੀ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਅਤੇ ਅਸੀਂ ਇੱਦਾਂ ਦੀ ਰਿਲੇਟਡ ਸਟੱਡੀ ਦੇ ਰਿਲੇਟਡ ਜਾਂ ਪੋਸਟਾਂ ਰਿਲੇਟਡ ਵੀਡੀਓ ਪਾਉਂਦੇ ਰਹਿੰਦੇ ਹਾਂ। ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਘੰਟੇ ਵਾਲਾ ਬਟਨ ਜ਼ਰੂਰ ਦੱਬ ਲਿਓ ਤਾਂ ਕਿ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।